ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ, ਮਾਈ ਕ੍ਰੀਏਟਿਵਿਟੀ। ਦੇਖਿਓ, ਅੱਜ ਮੈਂ ਤੁਹਾਡੇ ਲਈ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਆਲ ਬੇਬੀਜ਼, ਬੋਆਇਜ਼ ਔਰ ਜੈਂਟਸ ਸਵੈਟਰ 'ਤੇ ਅਪਲਾਈ ਕਰ ਸਕਦੇ ਹੋ। ਬਹੁਤ ਹੀ ਆਸਾਨ ਔਰ ਫਟਾਫਟ ਬਣਨ ਵਾਲਾ ਪੈਟਰਨ ਹੈ ਜੀ। ਸਿਰਫ 4 ਸਿਲਾਈਆਂ ਵਿੱਚ ਇਹ ਡਿਜ਼ਾਈਨ ਬਣਦਾ। ਚਲੀਏ ਬਣਾਉਣਾ ਸਟਾਰਟ ਕਰਦੇ ਹਾਂ। ਦੇਖੀ, ਪੈਟਰਨ ਨੂੰ ਬਣਾਉਣ ਲਈ ਸਾਨੂੰ 4 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ। ਮੀਨ 'ਚ 4-4 ਫੰਦਿਆਂ ਦਾ ਜੋੜ, ਪੂਰੀ ਰੋ ਵਿੱਚ ਅਸੀਂ 4 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਲਵਾਂਗੇ। 4 ਪਲੱਸ 4 ਪਲੱਸ 4 ਪਲੱਸ 4, 3 ਫੰਦੇ ਐਕਸਟਰਾ ਲੈਣੇ ਆ ਤਾਂ ਪੈਟਰਨ ਸੈੱਟ ਆਏਗਾ। ਬਾਰਡਰ ਤੋਂ ਬਾਅਦ ਸਿੱਧੀ ਸਾਈਡ ਤੋਂ ਅਸੀਂ ਆਪਣਾ ਇਹ ਪੈਟਰਨ ਸ਼ੁਰੂ ਕਰਦੇ ਹਾਂ ਜੀ। ਦੇਖੀ, ਫਸਟ ਰੋ ਅਸੀਂ ਆਪਣਾ ਸੈਕਿੰਡ ਕਲਰ ਅਟੈਚ ਕੀਤਾ। ਪਹਿਲੀ ਸਿਲਾਈ ਧਿਆਨ ਨਾਲ ਦੇਖਣਾ, 2 3 ਤਿੰਨ ਫੰਦੇ ਅਸੀਂ ਸੈਕਿੰਡ ਕਲਰ ਨਾਲ ਬਣਾ ਲਏ ਨੇ। ਇੱਕ ਫੰਦਾ ਅਸੀਂ ਇਸ ਤਰ੍ਹਾਂ ਸਲਿਪ ਕਰਾਂਗੇ। ਪੂਰੀ ਰੋ ਵਿੱਚ ਇਹੀ ਫੰਦੇ ਅਸੀਂ ਰਿਪੀਟ ਕਰਦੇ ਜਾਣਾ ਜੀ। ਅਗੇਨ ਰਿਪੀਟ, 1 2 3, ਤਿੰਨ ਫੰਦੇ ਬਣਾਏ, ਇੱਕ ਫੰਦਾ ਸਲਿਪ ਕੀਤਾ। ਅਗੇਨ 1 2 3 ਸਲਿਪ ਕੀਤਾ, 3 plus 1 3 plus 1 3 plus 1, ਇਸ ਤਰ੍ਹਾਂ ਕਰਦੇ ਜਾਵਾਂਗੇ। ਦੇਖੀ ਫਰੈਂਡ, ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ, ਨਾਲ ਹੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ, ਔਰ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰਨਾ ਜੀ, ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਦੇਖੀ, ਫਸਟ ਰੋ ਅਸੀਂ ਇਸ ਤਰ੍ਹਾਂ ਕੰਪਲੀਟ ਕਰ ਲਈਏ ਪੂਰੀ। ਹੁਣ ਅਸੀਂ ਬੈਕ ਸਾਈਡ ਆ ਗਏ। ਬੈਕ ਸਾਈਡ ਅਸੀਂ ਕੀ ਕਰਨਾ, ਕਿ ਜੋ ਫੰਦੇ ਅਸੀਂ ਬੁਣੇ ਨੇ ਉਹਨਾਂ ਨੂੰ ਇਸ ਤਰ੍ਹਾਂ ਅਸੀਂ ਉਲਟਾ ਬੁਣਨਾ ਪੱਲ ਵਾਈਜ਼, ਜੋ ਫੰਦਾ ਅਸੀਂ ਸਲਿਪ ਕੀਤਾ ਇੱਦਾਂ ਅਸੀਂ ਉਹਨੂੰ ਸਲਿਪ ਕਰਦੇ ਜਾਵਾਂਗੇ। ਬੁਣੇ ਹੋਏ ਫੰਦੇ ਬਣਾਉਣੇ ਆ, ਉਤਾਰਿਆ ਹੋਇਆ ਫੰਦਾ ਅਸੀਂ ਉੱਤੇ ਉਤਾਰਦੇ ਜਾਣਾ। ਕਿ ਜਿਹਨਾਂ ਨੂੰ ਸਿਰਫ ਸਿੱਧਾ ਉਲਟਾ ਬੁਣਨਾ ਆਉਂਦਾ, ਉਹ ਵੀ ਇਹ ਪੈਟਰਨ ਨੂੰ ਆਸਾਨੀ ਨਾਲ ਬਣਾ ਸਕਦੇ ਨੇ। ਸਿਰਫ ਸਿੱਧੇ ਉਲਟੇ ਫੰਦਿਆਂ ਦੀ ਡਿਜ਼ਾਈਨ ਹੈ ਫਰੈਂਡਸ। ਦੇਖੀ, 2 ਸਿਲਾਈਆਂ ਅਸੀਂ ਆਪਣੀਆਂ ਬਣਾ ਲਈਆਂ ਨੇ। ਹੁਣ ਅਸੀਂ ਰਾਈਟ ਸਾਈਡ ਆ ਗਏ। ਆਪਣਾ ਫਿਰ ਅਸੀਂ ਬੇਸ ਕਲਰ ਲੈਣਾ। ਦੇਖੀ, ਪਹਿਲਾਂ ਅਸੀਂ 3 ਫੰਦੇ ਬਣਾਏ ਸੀ, ਧਿਆਨ ਨਾਲ ਦੇਖਣਾ। ਹੁਣ 1 2, ਹੁਣ 2 ਫੰਦੇ ਅਸੀਂ ਆਪਣੇ ਕਰੀਮ ਕਲਰ ਨਾਲ ਬਣਾਉਣੇ ਨੇ। ਦੇਖੀ, ਹੁਣ ਅਸੀਂ ਥੋੜ੍ਹਾ ਜਿਹਾ ਚੇਂਜ ਕਰਾਂਗੇ। ਹੁਣ 1 ਫੰਦਾ ਰੈੱਡ ਛੱਡ ਕੇ, ਜੋ ਇਹ ਸਾਡਾ ਵਾਈਟ ਸਲਿਪ ਕੀਤਾ ਹੋਇਆ ਫੰਦਾ, ਇਹ ਫੰਦੇ ਨੂੰ ਅਸੀਂ ਇਸ ਤਰ੍ਹਾਂ ਬੈਕ ਸਾਈਡ ਤੋਂ ਬੁਣਾਂਗੇ। ਪਹਿਲਾਂ ਅਸੀਂ ਇਹ ਫੰਦਾ ਬੁਣਿਆ, ਇਹ ਫੰਦੇ ਨੂੰ ਇੱਦਾਂ ਹੀ ਅਸੀਂ ਸਿਲਾਈ ਦੇ ਉੱਪਰ ਲੈ ਲੈਣਾ। ਅਗੇਨ 1 2, 2 ਫੰਦੇ ਬੁਣ ਲਏ। ਦੇਖੀ, ਹੁਣ ਅਸੀਂ ਬੈਕ ਸਾਈਡ ਤੋਂ ਇਹ ਵਾਲਾ ਫੰਦਾ ਪਹਿਲਾਂ ਬੁਣਾਂਗੇ, ਇਹ ਫੰਦਾ ਅਸੀਂ ਇੱਦਾਂ ਹੀ ਸਲਿਪ ਕਰ ਲੈਣਾ। ਫਿਰ ਸਾਡਾ ਉਹੀ ਪੈਟਰਨ ਚੱਲ ਪਿਆ, 3 ਫੰਦੇ ਬਣਾਉਣੇ ਨੇ, ਇੱਕ ਉਤਾਰਨਾ, 3 ਬਣਾਉਣੇ ਨੇ, ਇੱਕ ਉਤਾਰਨਾ। 1 2, 2 ਫੰਦੇ ਅਸੀਂ ਇੱਦਾਂ ਸਿੱਧੇ ਬੁਣੇ ਨੇ। ਹੁਣ ਬੈਕ ਸਾਈਡ ਤੋਂ ਇਹ ਵਾਲਾ ਫੰਦਾ ਅਸੀਂ ਪਹਿਲਾਂ ਬਣਾਉਣਾ। ਤੁਸੀਂ ਚਾਹੋ ਤਾਂ ਉਤਾਰ ਕੇ ਬਣਾ ਸਕਦੇ ਹੋ, ਲੇਕਿਨ ਇੱਦਾਂ ਈਜ਼ੀ ਰਹੇਗਾ। ਅਗੇਨ 1 2, ਫਿਰ ਤੋਂ ਅਸੀਂ ਕਰੀਮ ਕਲਰ ਨਾਲ ਬਣਾ ਰਹੇ ਹਾਂ, ਤਾਂ ਕਰੀਮ ਫੰਦੇ ਹੀ ਅਸੀਂ ਬੈਕ ਸਾਈਡ ਤੋਂ ਪਹਿਲਾਂ ਬੁਣਾਂਗੇ। ਲਾਸਟ 'ਤੇ 1 2 3, ਦੇਖੀ ਇਸ ਤਰ੍ਹਾਂ ਸਾਡੀ ਇਹ ਸੈਕਿੰਡ ਰੋ ਪੈ ਗਈ ਹੈ, ਸੋਰੀ 3rd ਰੋ, 4th ਰੋ ਬੈਕ ਸਾਈਡ ਤੋਂ। ਬੈਕ ਸਾਈਡ ਤੋਂ ਇਸਦੀ ਪੂਰੀਆਂ ਸਿਲਾਈਆਂ ਇੱਦਾਂ ਹੀ ਆ, ਜੋ ਫੰਦੇ ਅਸੀਂ ਬੁਣੇ ਆ ਉਹਨਾਂ ਨੂੰ ਇਸ ਤਰ੍ਹਾਂ ਉਲਟਾ ਬਣਾਉਣਾ, ਜੋ ਫੰਦਾ ਸਲਿਪ ਕੀਤਾ ਉਹਨੂੰ ਅਸੀਂ ਇੱਦਾਂ ਹੀ ਸਲਿਪ ਕਰਦੇ ਜਾਵਾਂਗੇ।
ਤਿੰਨ ਫੰਦੇ ਅਸੀਂ ਉਲਟੇ ਬਣਾਉਣੇ ਆ, ਇਹ ਫੰਦਾ ਸਲਿਪ ਕਰਨਾ। ਤਿੰਨ ਫੰਦੇ ਉਲਟੇ ਬਣਾਉਣੇ ਆ, ਇਹ ਫੰਦਾ ਸਲਿਪ ਕਰਨਾ। ਦੇਖੀ ਚਾਰ ਸਲਾਈਆਂ ਸਾਡੀਆਂ ਇਹਦੇ ਨਾਲ ਕੰਪਲੀਟ ਹੁੰਦੀਆਂ ਨੇ। ਫਿਰ ਤੋਂ ਸਾਡਾ ਇਹ ਪੈਟਰਨ ਸਟਾਰਟ ਹੋਏਗਾ। ਮੈਂ ਤੁਹਾਨੂੰ ਇੱਕ ਵਾਰ ਫਿਰ ਸੈਕਿੰਡ ਕਲਰ ਲਗਾ ਕੇ ਦੱਸ ਰਹੀ ਹਾਂ। ਦੇਖੀ ਫਸਟ ਰੋ ਫਿਰ ਤੋਂ ਇੱਥੇ ਪੈ ਗਈ। ਹੁਣ ਕੀ ਕਰਨਾ, ਇੱਕ ਦੋ, ਦੇਖੀ ਦੋ ਫੰਦੇ ਬਣਾਉਣੇ ਨੇ। ਹੁਣ ਜੋ ਸਾਡਾ ਇਹ ਰੈੱਡ ਫੰਦਾ, ਇਹ ਅਸੀਂ ਇਸ ਤਰ੍ਹਾਂ ਬੈਕ ਸਾਈਡ ਤੋਂ ਪਹਿਲਾਂ ਬੁਣਾਂਗੇ। ਇਹ ਫੰਦਾ ਇੱਦਾਂ ਹੀ ਅਸੀਂ ਸਲਿਪ ਕਰਦੇ ਜਾਣਾ। ਅਗੇਨ ਇੱਕ ਦੋ, ਇਹ ਫੰਦਾ ਅਸੀਂ ਬੈਕ ਸਾਈਡ ਤੋਂ ਪਹਿਲਾਂ ਬੁਣਾਂਗੇ, ਇਹ ਫੰਦਾ ਸਲਿਪ ਕਰਦੇ ਜਾਣਾ। ਪੂਰੀ ਰੋ ਇੱਦਾਂ ਹੀ ਬਣਦੀ ਜਾਏਗੀ। ਸੀ ਇੱਕ ਦੋ, ਇਹ ਫੰਦਾ ਅਸੀਂ ਪਹਿਲਾਂ ਬੁਣਾਂਗੇ, ਇਹ ਫੰਦਾ ਅਸੀਂ ਇੱਦਾਂ ਸਲਿਪ ਕਰਦੇ ਜਾਣਾ। ਬਹੁਤ ਹੀ ਆਸਾਨ ਜਿਹਾ ਡਿਜ਼ਾਇਨ ਹੈ ਫਰੈਂਡਸ, ਔਰ ਫਟਾਫਟ ਬਣਦਾ। ਦੇਖੀ ਇਸ ਤਰ੍ਹਾਂ ਹੀ ਚਾਰ ਸਲਾਈਆਂ ਅਸੀਂ ਅੱਗੇ ਅੱਗੇ ਰਿਪੀਟ ਕਰਨੀਆਂ ਨੇ, ਅੱਗੇ ਅੱਗੇ ਬਣਾਵਾਂਗੇ ਤਾਂ ਇਹ ਡਿਜ਼ਾਇਨ ਇਸ ਤਰ੍ਹਾਂ ਬਣੇਗਾ।